ਜ਼ਿਲ੍ਹਾ ਸੰਗਰੂਰ ਦੇ ਵਿਚ ਸੜਕਾਂ ਦੇ ਉੱਤੇ ਘੁੰਮ ਰਹੇ ਅਵਾਰਾ ਪਸ਼ੂ ਲਗਾਤਾਰ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਨੇ, ਪਰ ਇਸ ਦੇ ਬਾਵਜੂਦ ਵੀ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਵੇਖ ਰਿਹਾ। ਕੱਲ ਹੀ ਸੰਗਰੂਰ ਦੇ ਵਿਚ ਇਕ ਰਿਟਾਇਰਡ ਬਜ਼ੁਰਗ ਅਵਾਰਾ ਪਸ਼ੂ ਦੇ ਹਮਲੇ ਦਾ ਸ਼ਿਕਾਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਸ਼ਹਿਰ ਦੇ ਸਮਾਜ ਸੇਵਕ ਲੋਕਾਂ ਨੇ ਪ੍ਰਸ਼ਾਸਨ ਤੋਂ ਇਨ੍ਹਾਂ ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਮੇਰੇ ਪਿਤਾ ਜੀ ਸਾਡੇ ਘਰ ਦੇ ਬਿਲਕੁਲ ਗੇਟ ਦੇ ਅੱਗੇ ਹੀ ਖੜ੍ਹੇ ਸੀਗੇ ਜੀ, ਅਤੇ ਪਿੱਛੋਂ ਇੱਕ ਅਵਾਰਾ ਟੱਠੇ ਨੇ ਉਹਨਾਂ ਦੇ ਟੱਕਰ ਮਾਰੀ, ਟੱਕਰ ਮਾਰ ਕੇ ਉਹਨਾਂ ਨੂੰ ਕਾਫੀ ਉੱਚਾ ਉਛਾਲਿਆ, ਜਿਹੜੇ ਕਿ ਉਹ ਸਿਰ ਪਰਨੇ ਗਿਰ ਗਏ। ਉਹਨਾਂ ਦੇ ਮੌਕੇ 'ਤੇ ਹੀ ਬਹੁਤ ਜ਼ਿਆਦਾ ਸੱਟਾਂ ਲੱਗ ਗਈਆਂ, ਅਤੇ ਅਸੀਂ ਉਹਨਾਂ ਨੂੰ ਲੈ ਕੇ ਹੋਸਪਿਟਲ ਗਏ, ਉਦੋਂ ਬਾਅਦ ਰਸਤੇ 'ਚ ਜਾਂਦੇ ਉਹਨਾਂ ਦੀ ਡੈਥ। ਇਹਨਾਂ ਬਾਰੇ ਤਾਂ ਇਹੀ ਕਹਿਣਾ ਜੀ, ਦੇਖੋ ਜੇ ਸਾਡੇ ਤੋਂ ਸਾਰੀ ਆਮ ਪਬਲਿਕ ਤੋਂ ਜੇ ਆਪਾਂ ਗਊ ਟੈਕਸ ਜਾਂ ਕੋਈ ਵੀ ਉਹ ਲੈਂਦੇ ਹਾਂ, ਘੱਟੋ ਘੱਟ ਇਹਦਾ ਕੋਈ ਕਾਰਗਰ ਹੱਲ ਲੱਭਿਆ ਜਾ ਸਕੇ। ਇਹਦਾ ਕੋਈ ਇਹਨਾਂ ਦੇ ਗਊਸ਼ਾਲਾ ਵੱਡੀਆਂ ਬਣਾਈਆਂ ਜਾਣ, ਜਿਹੜੇ ਅਵਾਰਾ ਪਸ਼ੂ ਨੇ ਇਹ ਦਿਨੋਂ ਦਿਨ ਇੰਨੀਆਂ ਮਿਸਹੈਪਨਿੰਗਾਂ ਹੋ ਰਹੀਆਂ ਨੇ। ਅੱਜ ਮੇਰੇ ਪਿਤਾ ਜੀ ਚਲੇ ਗਏ, ਕੱਲ੍ਹ ਨੂੰ ਕੋਈ ਹੋਰ ਵੀ ਜਾ ਸਕਦਾ, ਕੋਈ ਕਿਸੇ ਇਨਸਾਨ ਨੂੰ ਵੀ ਹੋ ਸਕਦੀ ਹੈ। ਇਹਨਾਂ ਦਾ ਕੋਈ ਹੱਲ ਪੱਕੇ ਤੌਰ 'ਤੇ ਲੱਭਣਾ ਚਾਹੀਦਾ ਸਰਕਾਰ ਨੂੰ। ਅਸੀਂ ਤਾਂ ਕਾਫੀ ਚਿਰ ਤੋਂ ਬੀੜਾ ਚੁੱਕਿਆ ਹੋਇਆ ਜੀ। ਅਸੀਂ ਤਾਂ ਕਹਿੰਦੇ ਸੀਗੇ ਕਿ ਭਾਵੇਂ ਤੁਸੀਂ ਕੋਈ ਸੈਸ ਲਾਉਣਾ ਲਾ ਲਓ, ਬਠਿੰਡੇ ਜਿਵੇਂ ਇੱਕ ਕਮਿਸ਼ਨਰ ਨੇ ਇਹ ਪ੍ਰੋਜੈਕਟ ਬਣਾਇਆ ਸੀਗਾ, ਪਰ ਉਦੋਂ ਬਾਅਦ ਫਿਰ ਸੈਸ ਵੀ ਲੱਗ ਗਿਆ। ਸੈਸ ਲੱਗਣ ਤੋਂ ਬਾਅਦ ਕਈ ਜ਼ਿਲ੍ਹਿਆਂ 'ਚ ਜ਼ਮੀਨ ਵੀ ਲੈ ਲਈ ਗਈ, ਪਰ ਅਜੇ ਵੀ ਸ਼ੈੱਡ ਪਾ ਕੇ ਉੱਥੇ ਢੱਠੇ ਗਾਈਆਂ ਫੜ ਕੇ ਭੇਜਣ ਦਾ ਇੰਤਜ਼ਾਮ ਨਹੀਂ ਹੋ ਰਿਹਾ। ਬੜੀ ਦੁੱਖ ਲੱਗਦਾ ਕਿ ਹਰ ਹਫ਼ਤੇ ਇੱਕ ਸ਼ਹਿਰ 'ਚ ਜਾਂ ਇੱਕ ਮਹੀਨੇ 'ਚ ਬੰਦੇ ਮਰ ਰਹੇ ਨੇ। ਇੰਨੇ ਕੁ ਢੱਠੇ ਗਾਈਆਂ ਸ਼ਹਿਰਾਂ 'ਚ ਸੜਕਾਂ 'ਤੇ ਫਿਰਦੇ ਨੇ। ਹਫ਼ਤਾ ਪਹਿਲਾਂ ਇੱਕ ਸੁਨਾਮ ਨੌਜਵਾਨ ਮਰ ਚੁੱਕਿਆ, ਕੱਲ੍ਹ ਸੰਗਰੂਰ ਮਰ ਚੁੱਕੇ ਨੇ ਇੱਕ ਸੀਨੀਅਰ ਸਿਟੀਜ਼ਨ। ਬਣੂਗਾ ਕੀ ਸਾਡੇ ਦੇਸ਼ ਦਾ, ਸੂਬੇ ਦਾ? ਪਿੱਛੇ ਜੇ ਅਸੀਂ ਡੀ ਸਾਹਿਬ ਕੋਲ ਮੰਗ ਰੱਖੀ ਸੀ, ਉਹਨਾਂ ਨੇ ਕਿਹਾ ਸੀ ਕਿ 400 ਗਾਈਆਂ ਢੱਠੇ ਫੜ ਕੇ ਜਿਹੜੀ ਗਊਸ਼ਾਲਾ 'ਚ ਨੇੜੀ ਹੈ ਉਹਦੇ 'ਚ ਭੇਜੇ ਜਾਣਗੇ। ਫਿਰ ਡਿਸਕਸ ਹੋਇਆ, ਉਹਨਾਂ ਨੇ ਕਿਹਾ ਕਿ ਬਰਨਾਲੇ ਜਦੋਂ ਡੀ ਸੀ ਸੀ ਉਸ ਸਮੇਂ 900 ਢੱਠੇ ਗਾਈਆਂ ਭੇਜੇ ਗਊਸ਼ਾਲਾ 'ਚ, ਪਰ ਹਫ਼ਤੇ ਬਾਅਦ ਹੀ ਕਹਿੰਦੇ ਫੇਰ ਆ ਗਏ। ਫੜ ਕੇ ਭੇਜਣ ਦਾ ਫਾਇਦਾ ਵੀ ਨਾ ਹੋਇਆ। ਪਰ ਉਸਦੇ ਬਾਵਜੂਦ ਵੀ ਅਸੀਂ ਡੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਮੰਤਰੀ ਜੀ ਇੱਥੇ ਨੇ, MLA ਮੰਤਰੀ ਜੀ ਸਾਡੇ ਸੰਗਰੂਰ ਦੇ, ਕਿ ਲੋਕਾਂ ਨੂੰ ਬਚਾਉਣ ਲਈ, ਜਾਨਾਂ ਬਚਾਉਣ ਲਈ ਭਾਵੇਂ ਹੋਰ ਆ ਜਾਂਦੇ ਨੇ, ਉਹ ਗਊਸ਼ਾਲਾ ਦੇ ਵਿੱਚ ਭੇਜਣ ਦਾ ਜਲਦੀ ਇੰਤਜ਼ਾਮ ਹੋਣਾ ਚਾਹੀਦਾ। ਹਰ ਸ਼ਹਿਰ 'ਚ ਹੋਣਾ ਚਾਹੀਦਾ। ਸਟੇਟ ਲੈਵਲ 'ਤੇ ਇਹਨਾਂ ਦੀ ਕੋਈ ਨੰਬਰਿੰਗ ਹੋਣੀ ਚਾਹੀਦੀ ਹੈ, ਨੰਬਰ ਪਲੇਟਾਂ ਲੱਗਣ ਕਿ ਕੌਣ ਛੱਡ ਕੇ ਜਾਂਦਾ ਹੈ। ਸੰਗਰੂਰ ਤੋਂ ਜਗਤਾਰ ਬਾਵਾ ਦੀ ਰਿਪੋਰਟ।